ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਪਾਰਕ ਦੇ ਕੋਲੋਂ ਇਸ ਨੌਜਵਾਨ ਦੀ ਲਾਸ਼ ਮਿਲੀ ਹੈ। ਹਾਲੇ 2 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ। ਪਰਿਵਾਰ ਦੇ ਵੱਲੋਂ ਐਕਸੀਡੈਂਟ ਦਾ ਖਦਸ਼ਾ ਜਤਾਇਆ ਜਾ ਰਿਹਾ। ਕੈਨੇਡਾ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸੈਰ ਕਰਨ ਦੇ ਲਈ ਘਰੋਂ ਨਿਕਲਿਆ ਸੀ ਤਾਂ ਪਾਰਕ ਦੇ ਕੋਲੋਂ ਇਸ ਨੌਜਵਾਨ ਜਿਸਦਾ ਨਾਮ ਮਨਜੋਤ ਸਿੰਘ ਹੈ, ਇਸ ਦੀ ਲਾਸ਼ ਮਿਲੀ ਹੈ। ਨਵਾਂ ਸ਼ਹਿਰ ਦੀ ਤਹਿਸੀਲ ਬੰਗਾ ਦੇ ਪਿੰਡ ਕੱਟ ਦਾ ਇਹ ਨੌਜਵਾਨ ਰਹਿਣ ਵਾਲਾ ਸੀ। ਉਸ ਦੀ ਲਾਸ਼ ਇੱਕ ਪਾਰਕ ਦੇ ਕੋਲੋਂ ਮਿਲੀ ਅਤੇ ਸ਼ੱਕ ਹੈ ਕਿ ਉਸਨੂੰ ਕਿਸੇ ਵਾਹਨ ਨੇ ਜ਼ੋਰਦਾਰ ਟੱਕਰ ਮਾਰੀ। ਕੈਨੇਡੀਅਨ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਇਹ ਖਬਰ ਪਿੰਡ ਦੇ ਵਿੱਚ ਪਹੁੰਚਦੇ ਹੀ ਪਰਿਵਾਰ ਅਤੇ ਉਹਨਾਂ ਦੇ ਜਾਣਕਾਰਾਂ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਨਜੋਤ ਸਿੰਘ ਦੀਆਂ 3 ਭੈਣਾਂ ਨੇ ਕਰੀਬ 2 ਮਹੀਨੇ ਪਹਿਲਾਂ ਵਰਕ ਪਰਮਿਟ 'ਤੇ ਕੈਨੇਡਾ ਦੇ ਸਰੀ ਦੇ ਵਿੱਚ ਗਿਆ ਸੀ। ਉਸਦੀ ਭੈਣ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਰਹਿੰਦੀ ਹੈ। ਪਰਿਵਾਰ ਦੇ ਮੁਤਾਬਿਕ ਉਹਨਾਂ ਦੀ ਲੜਕੀ ਨੇ ਕੈਨੇਡਾ ਤੋਂ ਉਹਨਾਂ ਨੂੰ ਦੱਸਿਆ ਕਿ ਮਨਜੋਤ ਘਰ ਤੋਂ ਬਾਹਰ ਪਾਰਕ ਦੇ ਵਿੱਚ ਸੈਰ ਕਰਨ ਗਿਆ ਸੀ, ਜਿਸ ਦੀ ਲਾਸ਼ ਪਾਰਕ ਦੇ ਨੇੜਿਓਂ ਮਿਲੀ ਹੈ। ਕੁਝ ਸਮੇਂ ਬਾਅਦ ਕੈਨੇਡੀਅਨ ਪੁਲਿਸ ਨੂੰ ਪਾਰਕ ਦੇ ਨੇੜੇ ਇੱਕ ਲਾਸ਼ ਮਿਲੀ। ਜਦੋਂ ਉਹਨਾਂ ਨੇ ਸ਼ਨਾਖਤ ਲਈ ਉਹਨਾਂ ਦੀ ਭੈਣ ਨੂੰ ਬੁਲਾਇਆ ਤਾਂ ਨੌਜਵਾਨ ਮਨਜੋਤ ਸਿੰਘ ਹੀ ਨਿਕਲਿਆ। ਮੌਤ ਦੇ ਕਾਰਨਾਂ ਦਾ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ। ਇਸ ਲਈ ਵਿਦੇਸ਼ੀ ਕੈਨੇਡਾ ਦੀ ਪੁਲਿਸ ਅਗਲੀ ਕਾਰਵਾਈ ਦੇ ਵਿੱਚ ਜੁਟੀ ਹੋਈ ਹੈ। ਮੇਰਾ ਨਾਮ ਗੁਰਤੀਰਤ ਸਿੰਘ ਆ ਅਤੇ ਮੇਰਾ ਕੱਟਾਂ ਪਿੰਡ ਹੈ ਅਤੇ ਜਿਹੜੀ ਆ ਪਿਛਲੇ ਦਿਨ ਘਟਨਾ ਵਾਪਰੀ 2 ਦਿਨ ਪਹਿਲਾਂ ਕੈਨੇਡਾ ਦੇ ਵਿੱਚ। ਹਾਂਜੀ, ਕੈਨੇਡਾ ਦੇ ਵਿੱਚ ਉਹ ਮਨਜੋਤ ਸਿੰਘ ਮੁੰਡਾ ਸਾਡੇ ਪਿੰਡ ਦਾ ਹੀ ਸੀ, ਸਾਡਾ ਬਹੁਤ ਕਲੋਜ਼ ਯਾਰ ਦੋਸਤ ਸੀ ਅਤੇ ਕੋਈ 2 ਕੁ ਮਿੰਟ ਪਹਿਲਾਂ ਹੀ ਉਹ ਹਲੇ ਬਾਹਰ ਗਿਆ ਆ ਕੈਨੇਡਾ ਨੂੰ ਅਤੇ ਸਰੀ ਦੇ ਵਿੱਚ ਰਹਿ ਰਿਹਾ ਸੀ ਅਤੇ ਆਹ ਹੁਣ ਸਡਨਲੀ ਜਿਹੜਾ 2 ਕੁ ਦਿਨ ਪਹਿਲਾਂ ਉਹਨਾਂ ਦੇ ਘਰਦਿਆਂ ਨੂੰ ਕਾਲ ਆਈ ਸਵੇਰੇ ਵੀ ਮਨਜੋਤ ਸਿੰਘ ਜਿਹੜਾ ਆ ਵੀ ਉਹਦੇ ਬਾਰੇ 'ਚ ਜਿਹਨਾਂ ਕੋਲ ਰਹਿ ਰਿਹਾ ਸੀ ਨਾ ਉਹਨਾਂ ਦੇ ਕੋਲੋਂ ਕਿਤੇ ਗਿਆ ਹੋਇਆ ਸੀਗਾ ਸ਼ਾਮ ਨੂੰ ਘਰ ਦਾ ਘਰੋਂ ਅਤੇ ਜਦੋਂ ਨਹੀਂ ਉਹ ਸ਼ਾਮ ਨੂੰ ਫੋਨ ਉਹਦਾ ਬੰਦ ਆ ਰਿਹਾ ਸੀ ਉਹਨਾਂ ਦੇ ਘਰ ਦੇ ਕਹਿਣ ਦੇ ਮੁਤਾਬਿਕ ਫੋਨ ਉਹਦਾ ਬੰਦ ਆਉਣ 'ਤੇ ਵੀ ਮੁੜ ਕੇ ਉਹਨਾਂ ਨੇ ਪੁਲਿਸ ਦੇ ਨਾਲ ਜਦੋਂ ਰਾਬਤਾ ਕੀਤਾ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਵੀ ਸਾਨੂੰ ਇੱਕ ਜਿਹੜੀ ਜਿਹਾ ਬੋਡੀ ਮਿਲੀ ਆ ਉਹਦੇ ਬਾਰੇ ਸ਼ਨਾਖਤ ਜਦੋਂ ਕੀਤੀ ਗਈ ਤਾਂ ਉਹ ਮਨਜੋਤ ਸਿੰਘ ਦੀ ਸੀ। ਕਹਿਣਾ ਵੀ ਪਾਰਕ ਦੇ ਵਿੱਚੋਂ ਬੋਡੀ ਮਿਲੀ ਆ। ਹਾਲੇ ਜੋ ਇਹ ਜੋ ਸਭ ਹੋਇਆ ਆ ਇਹਦਾ ਕੁਛ ਪਤਾ ਨਹੀਂ ਲੱਗ ਰਿਹਾ, ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਕੀ ਗੱਲਬਾਤ ਹੋਈ ਆ ਉਸ ਬਾਰੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰੂਗੀ। ਬੋਡੀ ਇੱਧਰ ਲਿਆਉਣਗੇ ਕਿ ਉੱਧਰ ਹੀ ਸੰਸਕਾਰ ਕਰਨਗੇ? ਨਹੀਂ, ਉਸ ਬਾਰੇ 'ਚ ਹਾਲੇ ਕੋਈ ਗੱਲਬਾਤ ਕਰ ਇਨਵੈਸਟੀਗੇਸ਼ਨ ਤੋਂ ਬਾਅਦ ਤਾਂ ਦੇਖੂਗੇ ਕਿੱਦਾਂ ਹੁੰਦੀ ਆ। ਇਹ ਹਾਲੇ ਕੋਈ ਗੱਲਬਾਤ ਖਾਸ ਹੋਈ ਨਹੀਂ, ਪਰ ਮਾੜਾ ਹੋਇਆ ਬਹੁਤ, ਤਕਰੀਬਨ 26-27 ਸਾਲ ਦੀ ਉਮਰ ਸੀ ਬੱਚੇ ਦੀ ਅਤੇ ਦੇਖੋ ਪਰਮਾਤਮਾ ਵੱਲੋਂ 7 ਸਾਲ ਹੋ ਗਏ ਸੀ ਉਹਦਾ, ਕਹਿੰਦੇ ਬਾਹਰ ਦਾ ਬਣਾ ਰਹੇ ਸੀ ਫੈਮਿਲੀ ਵੱਲੋਂ ਬੜੇ ਚਾਵਾਂ ਦੇ ਨਾਲ ਉਹਨੇ ਹੁਣ 2 ਮਹੀਨੇ ਪਹਿਲਾਂ ਜੋ ਉਹਨੂੰ ਕੈਨੇਡਾ ਭੇਜਿਆ ਆ ਵਰਕ ਪਰਮਿਟ ਦੇ ਉੱਤੇ ਅਤੇ ਅਚਾਨਕ ਪਰਿਵਾਰ ਨੂੰ ਇਹ ਖਬਰ ਮਿਲ ਗਈ। ਬਹੁਤ ਸਾਦਾ ਜਿਹਾ ਪਰਿਵਾਰ ਹੈ, ਖੇਤੀਬਾੜੀ ਕਰਨ ਵਾਲਾ ਆ, ਕਿਸੇ ਨੂੰ ਕੋਈ ਤਰੀਕੇ ਆਉਣਾ ਨਹੀਂ, ਪਰ ਪਰਮਾਤਮਾ ਅੱਗੇ ਜ਼ੋਰ ਨਹੀਂ ਕੋਈ ਦੇ। 2 ਮਹੀਨੇ ਇੱਥੋਂ ਪਹਿਲਾਂ ਗਿਆ ਜੀ ਸਰ, 2 ਮਹੀਨੇ ਤੋਂ ਜਾਣ ਤੋਂ ਬਾਅਦ ਕੰਮ ਵੀ ਮਿਲਿਆ ਸੀਗਾ, ਤਕਰੀਬਨ 2 ਹਫ਼ਤੇ 2 ਦਿਨ ਕੰਮ ਕਰਦਾ ਸੀਗਾ। ਉੱਥੇ ਰਾਤ ਨੂੰ ਰੋਟੀ ਪਾਣੀ ਖਾਧਾ ਉਹਨੇ, ਇਹਨਾਂ ਦੇ ਘਰ ਰਹਿੰਦਾ ਸੀਗਾ, ਰੋਟੀ ਪਾਣੀ ਖਾ ਕੇ ਚਲਾ ਗਿਆ। ਕਹਿੰਦਾ ਮੈਂ ਬਾਹਰ ਜਾਣਾ ਹੋਇਆ, ਮੈਨੂੰ ਕਿਸੇ ਦਾ ਫੋਨ ਆਇਆ, ਮੈਂ 1.5 ਘੰਟੇ ਵਾਪਸ ਆ ਜਾਊਂ। ਉਹ ਜਾਣ ਲੱਗਾ ਆ, ਫਿਰ ਆਪਣੇ ਜਿਹੜੇ ਬਾਹਰ ਬੂਟੇ ਬਾਟੇ ਲੱਗੇ ਨੂੰ ਪਾਣੀ ਪਾਇਆ, ਸਭ ਕੁਛ ਗਿਆ, ਕਰਕੇ ਚਲਾ ਗਿਆ। ਬਾਅਦ ਵਿੱਚ ਇਹਨੇ ਕਿਹਾ ਵੀ ਸ਼ਾਇਦ ਆਈ ਜਾਣਾ ਆ, ਚਾਬੀ ਉਹਦੇ ਕੋਲ ਸੀਗੀ। ਜਦ ਸਵੇਰੇ ਉੱਠਿਆ ਉਹ ਬੰਦਾ ਜਿਹਦੇ ਕੋਲ ਰਹਿੰਦਾ ਸੀਗਾ ਉਹ ਆਪਣੀ ਡਿਊਟੀ 'ਚ ਚਲਾ ਗਿਆ, ਘਰ ਤੱਕ ਨਹੀਂ ਕਰਦਾ। ਫਿਰ ਉਹ ਜਿਹੜੇ ਘਰ ਵਾਲੀ ਸੀ ਉਹਨਾਂ ਨੇ 9 ਵਜੇ ਉੱਠ ਕੇ ਦੇਖਿਆ
ਅਤੇ ਨਾਲੇ ਹੋਸਪਿਟਲ ਛੱਡਿਆ ਹੋਊਗਾ, ਨਾਲੇ ਰੇਲ ਰੋਟੀ ਨੂੰ ਕੱਢ ਲਈ ਜਾਂ ਜਿਸ ਵੇਲੇ ਦੇਖਿਆ ਕਮਰੇ 'ਚ ਆਇਆ ਹੀ ਨਹੀਂ। ਅਤੇ ਜਦ ਦੇਖਿਆ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਅਤੇ ਉਹ ਕਹਿੰਦਾ ਵੀ ਕੋਈ ਨਾ ਕੋਈ ਅੱਧਾ ਘੰਟਾ ਹੋਰ ਨਹੀਂ ਭਲਾ, ਜੇ ਨਹੀਂ ਆਉਂਦਾ ਆਪਾਂ ਪੁਲਿਸ ਨੂੰ ਫੋਨ ਕਵਰ ਕਰ। ਅਤੇ ਉਸ ਨੂੰ ਕਵਰ ਕੀਤੀ ਅਤੇ ਹਜੇ ਫੋਨ ਕੀਤਾ ਜੀ ਆਪ 10 ਮਿੰਟ ਬਾਅਦ ਪੁਲਿਸ ਘਰ ਆ ਗਈ। ਉਹਨੇ ਆ ਕੇ ਦੱਸਿਆ ਵੀ ਆਹ ਆਇਆ ਮਨਜੋਤ ਸਿੰਘ, ਤੁਹਾਡਾ ਲੜਕਾ ਉੱਥੇ ਰਹਿੰਦਾ ਸੀਗਾ, ਉੱਥੇ ਰਹਿੰਦਾ ਸੀਗਾ ਅਤੇ ਉਹਦੀ ਡੈਥ ਹੋ ਚੁੱਕੀ ਆ। ਅਤੇ ਕਿੱਦਾਂ ਕਿੱਦਾਂ ਦੱਸਿਆ ਪੁੱਛਿਆ ਵੀ ਇਹ ਮਤਲਬ ਸਾਨੂੰ ਦੱਸਿਆ ਵੀ ਰੋਡ 'ਤੇ ਜਾਂ ਕੋਈ ਝਾੜੀਆਂ ਨੇੜੇ ਹੋਣਗੀਆਂ ਉੱਥੇ ਕਿਤੇ ਪਿਆ ਸੀਗਾ ਇਹ, ਅਤੇ ਬਾਕੀ ਹੋਰ ਸਾਨੂੰ ਉਹਦੇ ਬਾਰੇ ਨਾ ਪੁਲਿਸ ਨੇ ਦੱਸਿਆ ਵੀ ਬਸ ਨਹੀਂ ਅਜੇ ਤਾਂ ਪਤਾ ਲੱਗਿਆ, ਉਹਦੀ ਪੋਸਟਮਾਰਟਮ ਹੋਊਗਾ ਤਾਂ ਪੂਰਾ ਪਤਾ ਲੱਗੂਗਾ ਅਤੇ ਵਜ੍ਹਾ ਕੀ ਬਣੀ। ਘਰੋਂ ਫੋਨ ਸੇਵਾ ਕਰਕੇ ਸੱਦਿਆ ਮੁੰਡਿਆਂ ਨੇ ਜਿਹੜਾ ਉਹਦੇ ਤੋਂ ਫੋਨ ਸਾ ਉਸੇ ਫੋਨ ਤੋਂ ਪੁਲਿਸ ਨੂੰ ਫੋਨ ਕਰ ਦਿੱਤਾ ਮੁੰਡਿਆਂ ਨੇ ਜਿਹੜੇ ਨਾਲ ਸੀਗੇ, ਅਤੇ ਉਹ ਫੋਨ ਕਰਕੇ ਉਹ ਜਿਹੜਾ ਫੋਨ ਉਹਦੇ ਵਾਲਾ ਸੀਗਾ ਉਹ ਮੁੰਡਿਆਂ ਨੇ ਲੈ ਕੇ ਦਿੱਤਾ ਤੱਕ ਫੋਨ, ਉਹ ਫੋਨ ਲੈ ਅਤੇ ਉਹਨੂੰ ਕੋਈ ਛੱਡ ਕੇ ਨਹੀਂ ਗਿਆ ਸਬੂਤ ਨਾ ਉਹ ਜਿਹੜਾ ਫੋਨ ਮੁੰਡਿਆਂ ਨੇ ਲੈ ਕੇ ਦਿੱਤਾ ਉਹਦਾ ਨੰਬਰ ਕਿਸੇ ਕੋਲ ਵੀ ਹੈ ਨੰਬਰ ਸਿਰਫ ਉਹ ਜਾਂ ਉਹਦੇ ਕੋਲ ਸੀਗਾ ਮਨਜੋਤ ਕੋਲ ਜਾਂ ਜਿਹਨੂੰ ਲੈ ਕੇ ਦਿੱਤਾ ਉਹਨਾਂ ਕੋਲ ਸੀਗਾ, ਇਹਨਾਂ ਕੋਲ ਵੀ ਹੈ ਨਹੀਂ ਆਉਣਾ ਜਿਹਦੇ ਕੋਲ ਅੰਦਰ ਸੀਗਾ ਉਹਦੇ ਕੋਲ ਆ। ਅਤੇ ਜਿਹੜਾ ਉਹਦਾ ਆਪਣਾ ਫੋਨ ਸੀਗਾ ਉਹਦੇ ਫੋਨ ਤੋਂ ਪੁਲਿਸ ਨੂੰ ਫੋਨ ਕੀਤਾ ਵੀ ਇੱਦਾਂ ਇੱਥੇ ਬੋੜੀ ਪਈ ਆ, ਫੋਨ ਕਰਕੇ ਆਪ ਫੋਨ ਬੰਦ ਕਰਕੇ ਉਹ ਵੀ ਉਸ ਬੰਦ ਚੱਲ ਗਿਆ। ਕਿੰਨਾ ਟਾਈਮ ਹੋਇਆ ਸੀ ਮਨਜੋਤ ਨੂੰ ਕੈਨੇਡਾ ਗਏ? ਕਿੰਨੇ ਲੱਗਿਆ ਨਹੀਂ, 2 ਮਹੀਨੇ ਹੋਏ ਸੀ। ਅਤੇ ਘਰੋਂ ਮਤਲਬ ਕਿ 7:30 ਵਜੇ ਤਕਰੀਬਨ 10:30 ਵਜੇ ਦੇ ਕਰੀਬ ਉਸਨੇ ਕੁਛ ਸ਼ੋਪ ਤੋਂ ਲੈ ਕੇ ਖਾਧਾ $7 ਦਾ ਲਿਆ, ਉਹਦਾ ਮੈਸੇਜ ਉਹਦੀ ਭੈਣ ਉੱਥੇ ਆ ਰੰਟ ਰਹਿੰਦੀ ਆ ਉਹਨੂੰ, ਅਤੇ ਉਹਦੇ ਮੋਬਾਈਲ 'ਤੇ ਮੈਸੇਜ ਆ ਗਿਆ ਅਤੇ 7:30 ਦਾ ਕੋਈ ਮੈਸੇਜ ਆ ਜਾਂਦਾ ਆ, ਕਾਰਡ ਇਹਦਾ ਇਸਤੇਮਾਲ ਕਰਦਾ ਸੀ। ਬਸ ਸਵੇਰ ਨੂੰ ਇਹ ਪਤਾ ਲੱਗਾ ਸਾਨੂੰ 6:30 ਵਜੇ ਉੱਥੇ ਫੋਨ ਆਇਆ ਬੁੱਧਵਾਰ ਨੂੰ, ਅਤੇ ਇਹ ਕੀ ਆ ਇਹਨਾਂ ਪਿਆਰਿਆਂ ਦਾ ਸੁਣ ਕੇ ਬੁਰਾ ਹਾਲ ਹੋਇਆ ਬੰਦਾ। ਹੁਣ ਕੈਨੇਡਾ ਤੋਂ ਜਿਹੜੀ ਉਹਦੀ ਬਾਡੀ ਆ ਇੱਥੇ ਮੰਗਵਾਉਣਗੇ ਸੰਸਕਾਰ ਲਈ ਕਿ? ਇਹ ਹਜੇ ਸਾਡੇ ਕੋਈ ਸਾਨੂੰ ਕੁਛ ਨਹੀਂ ਪਤਾ, ਇਹ ਸਲਾਹ ਕਰਨਗੇ ਜਦੋਂ ਰਹੂ ਇਨਵੈਸਟੀਗੇਸ਼ਨ ਹਾਂ ਹੋਊਗੀ ਸਾਰੀ ਅਤੇ ਫਿਰ ਹੀ ਪਤਾ ਲੱਗਣਾ ਹੈ ਕਿ ਬਾਡੀ ਲਿਆਉਣ ਨੂੰ ਵੀ ਟਾਈਮ ਲੱਗ ਜਾਂਦਾ, ਕਈ ਵਾਰੀ 15-20 ਮਿੰਟ ਲੱਗ ਜਾਂਦੇ ਆ, ਫਿਰ ਇੱਥੇ ਆਉਣਾ ਹੈ ਇਕੱਲੀ ਲੜਕੀ ਹੈ ਬੇਚਾਰੀ। ਮਨਜੋਤ ਹੋਣੀ ਕਿੰਨੇ ਭੈਣ ਭਰਾ ਸੀ? ਅਤੇ 2 ਭਰਾ ਆ, ਇੱਕ ਸਿਸਟਰ ਸੀ ਭੈਣ ਸੀ ਉਹ ਕੈਨੇਡਾ ਆ, ਉਹ ਕੈਨੇਡਾ ਗਈ। ਕਿੰਨੀ ਉਮਰ ਸੀ ਮਨਜੋਤ ਦੀ? 27 ਸਾਲ ਦੀ ਉਮਰ ਸੀ, 6 ਜੂਨ ਦੇ ਵਿੱਚ 27 ਸਾਲ ਦੀ ਉਮਰ। ਜੰਗ ਗਏ ਸੀ ਮੁੰਡੇ ਨੂੰ, ਸੋਹਣਾ ਸੁਨੱਕਾ ਜਵਾਨ ਸੀਗਾ ਸਾਡੇ ਕੋਲ ਵੀ ਆ, ਅਤੇ ਪਤਾ ਨਹੀਂ ਕਿਸ ਤਰ੍ਹਾਂ ਹੋਈ ਗਏ।